ਡੇਰਾ ਮੁਖੀ ਨੂੰ ਮਾਫ਼ੀ ਦੇਣ ਅਤੇ ਫਿਰ ਆਪਣੇ ਮਾਫ਼ੀਨਾਮੇ ਨੂੰ ਰੱਦ ਕੀਤੇ ਜਾਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਿਵਾਦਾਂ 'ਚ ਘਿਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ 5 ਤਖ਼ਤਾਂ ਦੇ ਜਥੇਦਾਰਾਂ ਨੂੰ ਸਿੱਖ ਕੌਮ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਤੋਂ ਬਾਅਦ ਇਸ ਸਭ ਨੂੰ ਦੇਖਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ 5 ਪਿਆਰਿਆਂ ਵੱਲੋਂ ਜੋ ਗੁਰਮਤਾ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਸੀ ਕਿ 5 ਤਖ਼ਤਾਂ ਦੇ ਸਿੰਘ ਸਾਹਿਬਾਨਾਂ ਦੀਆਂ ਸੇਵਾਵਾਂ ਤਤਕਾਲ ਪ੍ਰਭਾਵ ਨਾਲ ਬੰਦ ਕਰ ਦਿੱਤੀਆਂ ਜਾਣ, ਉਹ ਸਹੀ ਸੀ। ਇਹ ਕਹਿਣਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਦਾਂਤੀ ਦਾ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ 5 ਪਿਆਰਿਆਂ ਵੱਲੋਂ 5 ਤਖ਼ਤਾਂ ਦੇ ਸਿੰਘ ਸਾਹਿਬਾਨਾਂ ਨੂੰ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ। ਉਹਨਾਂ ਨੂੰ 5 ਪਿਆਰਿਆਂ ਦੀ ਗੱਲ ਮੰਨਣੀ ਚਾਹੀਦੀ ਸੀ, ਇਸ ਨਾਲ ਸਭ ਦਾ ਭਲਾ ਸੀ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾਂ ਨੂੰ ਨਾ ਪਹੁੰਚਣ ਤੋਂ ਬਾਅਦ 5 ਪਿਆਰਿਆਂ ਨੇ ਆਪਣਾ ਫੈਸਲਾ ਸੁਣਾਇਆ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੇ ਕਿਹਾ ਕਿ ਡੇਰਾ ਮੁਖੀ ਨੂੰ ਮਾਫ਼ੀ ਦੇਣ ਅਤੇ ਉਸ ਦੇ ਬਾਅਦ ਮਾਫ਼ੀਨਾਮੇ ਨੂੰ ਰੱਦ ਕਰਨ ਦੇ ਬਾਅਦ ਪੰਥ ਨੂੰ ਦਰਪੇਸ਼ ਸ਼ਰਮਿੰਦਗੀ ਨੂੰ ਦੇਖਦੇ ਹੋਏ 5 ਪਿਆਰਿਆਂ ਨੇ ਇਹ ਆਦੇਸ਼ ਜਥੇਦਾਰਾਂ ਨੂੰ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ। ਅਗਰ ਜਥੇਦਾਰ ਕੌਮ ਦਾ ਹਿੱਤ ਚਾਹੁੰਦੇ ਹਨ ਤਾਂ ਉਹਨਾਂ ਨੂੰ ਤੁਰੰਤ ਅਸਤੀਫਾ 5 ਪਿਆਰਿਆਂ ਨੂੰ ਸੌਂਪ ਦੇਣਾ ਚਾਹੀਦਾ ਹੈ। 5 ਪਿਆਰਿਆਂ ਦੀ ਪਰੰਪਰਾ ਜਿਹੜੀ ਸਿਧਾਂਤਕ ਤੌਰ 'ਤੇ ਕਾਇਮ ਰੱਖਣੀ ਚਾਹੀਦੀ, ਬੜੀ ਮਾਨਤਾ 5 ਪਿਆਰਿਆਂ ਦੀ। 5 ਪਿਆਰਿਆਂ ਨੂੰ ਬੜਾ ਸਨਮਾਨ ਆਦਰ ਹੈ ਪੰਥ ਵਿੱਚ। ਜੇ 5 ਪਿਆਰਿਆਂ ਨੇ ਜੋ ਗੱਲ ਕਹੀ ਸਿੰਘ ਸਾਹਿਬਾਂ ਨੂੰ ਉਸ ਦੇ ਉੱਤੇ ਫੁੱਲ ਚੜ੍ਹਨੇ ਚਾਹੀਦੇ। ਇਹਦੇ ਲਈ ਕੌਮ ਦਾ ਵੀ ਭਲਾ ਵਾ, ਉਹਨਾਂ ਦਾ ਵੀ ਭਲਾ ਵਾ, ਆ ਜਿਵੇਂ ਆਪਾਂ ਆਏ ਹਾਂ ਸਰ ਸਾਡਾ ਵੀ ਭਲਾ ਵਾ। ਰਸਤਾ ਤਾਂ ਬਹੁਤ ਵਧੀਆ, ਇੱਕ ਸੁਨਹਿਰੀ ਮੌਕਾ ਆਇਆ ਸੀ, ਜਿਹੜਾ ਗਵਾ ਬੈਠੇ ਹਾਂ ਅਸੀਂ ਸਾਰੇ ਗਵਾ ਬੈਠੇ, ਸਿੰਘ ਸਾਹਿਬ ਵੀ ਗਵਾ ਬੈਠੇ। ਜਦੋਂ ਸਿੰਘ ਸਾਹਿਬਾਨਾਂ ਨੇ ਸਰਸੇ ਸੌਦੇ ਨੂੰ ਮੁਆਫ਼ ਕੀਤਾ, ਉਹਦੇ ਵਿੱਚ ਸ਼ਬਦ ਨੇ ਉਹਨਾਂ ਦੇ ਬਈ ਗੁਰਮਤ ਦੇ ਚਾਨਣੇ ਵਿੱਚ ਪੰਥ ਦੇ ਹਿੱਤਾਂ ਲਈ ਦੀਰਘ ਵਿਚਾਰ ਪ੍ਰੰਤ ਅਸੀਂ ਉਹਨੂੰ ਮੁਆਫ਼ੀ ਦਿੰਦੇ ਹਾਂ ਔਰ ਅੱਗੇ ਵਾਰਨਿੰਗ ਵੀ ਦਿੰਦੇ ਹਾਂ ਵੀ ਉਹ ਇਸ ਤਰ੍ਹਾਂ ਦਾ ਕੋਈ ਸਾਂਗ ਨਾ ਬਣਾਵੇ। ਉਹ ਕਹਿੰਦਾ ਵਾ ਬਈ ਤੁਹਾਨੂੰ ਗਲਤ ਫਹਿਮੀ ਲੱਗੀ ਹੈ, ਅਸੀਂ ਕਦੇ ਵੀ ਭੁੱਲ ਕੇ ਕੰਮ ਨਹੀਂ ਕਰ ਸਕਦੇ ਸਾਂਗ ਬਣਾਉਣ ਦਾ, ਮੈਂ ਤਾਂ ਮੁਆਫ਼ੀ ਮੰਗੀ ਹੋਈ ਨਹੀਂ, ਇਹਨਾਂ ਨੇ ਆਪੇ ਆਪ ਹੀ ਮੈਨੂੰ ਮੁਆਫ਼ੀ ਦੇ ਦਿੱਤੀ। ਫਿਰ ਦੂਸਰੀ ਗੱਲ ਵੀ ਜਦੋਂ ਗੁਰਮਤ ਦੇ ਚਾਨਣੇ ਵਿੱਚ ਇਹ ਫੈਸਲੇ ਹੋਏ ਨੇ, ਦੀਰਘ ਵਿਚਾਰ ਪ੍ਰੰਤ ਹੋਏ ਨੇ, ਪੰਥ ਦੇ ਹਿੱਤਾਂ ਲਈ ਹੋਏ ਨੇ, ਫਿਰ ਉਸਨੂੰ ਰੱਦ ਕਿਉਂ ਕੀਤਾ? ਜਦੋਂ ਰੱਦ ਕਰ ਦਿੱਤਾ ਇਹਦਾ ਭਾਵ ਇਹ ਹੋਇਆ ਵੀ ਅਸੀਂ ਇਹ ਭੁੱਲ ਕੀਤੀ ਹੈ, ਗੁਰਮਤ ਦੇ ਚਾਨਣੇ ਵਿੱਚ ਨਹੀਂ ਸੀ, ਪੰਥ ਦੇ ਹਿੱਤਾਂ ਲਈ ਨਹੀਂ ਸੀ, ਅਸੀਂ ਜੋ ਇਹ ਕੀਤਾ ਅਸੀਂ ਇਸ ਪਦਵੀਆਂ ਦੇ ਯੋਗ ਨਹੀਂ। 5 ਪਿਆਰਿਆਂ ਦੇ ਪੇਸ਼ ਹੋ ਕੇ ਆਪਣੇ ਅਸਤੀਫੇ ਦੇ ਕੇ ਪੰਥ ਤੋਂ ਸਮੁੱਚੇ ਪੰਥ ਤੋਂ ਮਾਫ਼ੀ ਮੰਗਦੇ ਤਾਂ ਇਹਦੇ ਵਿੱਚ ਬਹੁਤ ਪਰੰਪਰਾ ਕਾਇਮ ਰਹਿੰਦੀਆਂ। ਹੁਣ ਵੀ ਪਰੰਪਰਾ ਨੂੰ ਕਾਇਮ ਰੱਖਣ ਲਈ ਜੋ 5 ਪਿਆਰੇ ਕਹਿੰਦੇ ਉਹਨਾਂ ਦੇ ਉੱਤੇ ਅਮਲ ਕਰਨਾ ਚਾਹੀਦਾ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ। ਬਿਊਰੋ ਰਿਪੋਰਟ, ਪੰਜਾਬ ਟੁਡੇ।